वाहिगुरु जी का खालसा वाहिगुरु जी की फतेह। गुरु प्यारे खालसा जी, काफी दिनों बाद आप जी दे नाल रूबरू होने का मन किया सीगा। जिहड़ा अज दा विशा आ वो बहुत अति जरूरी आ। महाराज की गुरबाणी का फरमान आ भी जे को बोले सच कूड़ा जल जावे, जे को बोले सच कूड़ा जल जावे। जे सीधे देशी भाषा विच इहनू कहना होवे, सरल भाषा विच कहना होवे, भी झूठे बंदे नू अग लग जावे जे कोई गल करे सच दी। मेरे कहन तो मुराद आ भी पटियाले तो एक चैनल चलदा बाणी अखंड बाणी, ते जिहनू जिहदी मैनेजिंग डायरेक्टर कह लो, जिहदी सारियां सेवावां जां प्रीत सिंह सैणी निभाउंदे आ। पिछले लंबे समय ते उहनां ने सिखां दी सरमौर संस्था SGPC जिहड़ी कुरबानियां दे के स्थापित ਕੀਤੀ ਗਈ SGPC ਉਹਦੇ ਵਿੱਚ ਆਏ ਨਿਘਾਰ ਨੂੰ ਉਜਾਗਰ ਕੀਤਾ। ਮਤਲਬ ਉਹਦੇ ਵਿੱਚ ਬੇਨਿਜਮੀਆਂ, ਲੰਗਰ ਦੇ ਘੁਟਾਲੇ, ਦਾਲਾਂ ਦੇ ਘੁਟਾਲੇ, ਪ੍ਰਸ਼ਾਦ ਦੇ ਘੁਟਾਲੇ, ਨੌਕਰੀਆਂ ਵਿੱਚ ਬੇਨਿਜਮੀਆਂ, ਉੱਥੇ ਧੀਆਂ ਭੈਣਾਂ ਦੇ ਨਾਲ ਹੁੰਦੀਆਂ ਵਧੀਕੀਆਂ, ਇੱਥੋਂ ਤੱਕ ਕਿ ਦੇਹ ਵਪਾਰ ਤੱਕ ਦੀਆਂ ਗੱਲਾਂ, ਭਾਵ ਕਿ ਜਿੰਨਾ ਵੀ ਨੀਵੇਂ ਤੋਂ ਨੀਵੇਂ ਦਰਜੇ ਦੀ ਗੱਲ ਜਿਹੜੀ ਵੀ ਸ਼੍ਰੋਮਣੀ ਕਮੇਟੀ ਚ ਹੋ ਰਹੀ ਸੀ, ਪ੍ਰੀਤ ਸਿੰਘ ਸੈਣੀ ਹੋਣਾ ਨੇ ਉਹਨੂੰ ਉਭਾਰਿਆ। ਹੁਣ ਹੈਰਾਨਗੀ ਦੀ ਗੱਲ ਆ ਕਿ ਡੈਫਾਮੇਸ਼ਨ ਦੇ ਨੋਟਿਸ ਭੇਜਦੇ ਰਹੇ, ਆਹ ਕਰਦੇ ਰਹੇ, ਹੋਰ ਕਈ ਤਰ੍ਹਾਂ ਡਰਾਵੇ ਧਮਕੀਆਂ ਦਿੰਦੇ ਰਹੇ, ਪਰੰਤੂ ਪਿਛਲੇ ਦਿਨੀ ਉਹਨਾਂ ਨੇ 295A ਦਾ ਪਰਚਾ ਦਰਜ ਕਰਤਾ। ਹੁਣ ਮੈਨੂੰ ਇਹ ਹੈਰਾਨਗੀ ਹੁੰਦੀ ਆ ਵੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਝੂਠੇ ਨੂੰ ਝੂਠਾ ਕਹਿਣਾ, ਚੋਰ ਨੂੰ ਚੋਰ ਕਹਿਣਾ, ਠੱਗ ਨੂੰ ਠੱਗ ਕਹਿਣਾ, ਬਦਮਾਸ਼ ਨੂੰ ਬਦਮਾਸ਼ ਕਹਿਣਾ, ਭਾਵੇਂ ਉਹਦੀ ਵੇਸ਼ਭੂਸ਼ਾ ਕੋਈ ਵੀ ਹੋਵੇ, ਉਸ ਬੰਦੇ ਨੂੰ ਜੇ ਕਿਹਾ ਬਈ ਭਾਈ ਤੂੰ ਤੇਰੇ ਵਿੱਚ ਆਹ ਖਨਾਮੀ ਆ, ਤੇਰੇ ਇਸ ਸੰਸਥਾ ਦੇ ਪ੍ਰਬੰਧਕਾਂ ਦੇ ਵਿੱਚ ਆਹ ਖਾਮੀ ਆ, ਇਹ 295 ਬਣਦੀ ਨੀ ਹੈਗੀ। 295 ਤੇ ਤਾਂ ਨਾ ਜਾਂ ਕਿਸੇ ਦੀ ਮੂਰਤੀ ਨਾ ਛੇੜਛਾੜ, ਧਾਰਮਿਕ ਗ੍ਰੰਥ ਨਾ ਛੇੜਛਾੜ, ਪੁਸਤਕ ਨਾ ਛੇੜਛਾੜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾ ਛੇੜਛਾੜ, ਕਿਸੇ ਦੇ ਕਕਾਰਾਂ ਨਾ ਛੇੜਛਾੜ, ਇੱਥੇ ਤਾਂ ਕੋਈ ਗੱਲ ਨੀ ਹੈ। ਇੱਥੇ ਤਾਂ ਜ਼ਬਾਨੀ ਹਮਲਾ, ਉਹ ਵੀ ਸੱਚਾ, ਐਵੀਡੈਂਸ ਨੇ, ਉਹ ਐਵੀਡੈਂਸ ਨਾਲ ਬੋਲ ਰਿਹਾ, ਉਹਦਾ ਜਵਾਬ ਦਿਓ। ਜਵਾਬ ਦੇਣ ਦੀ ਬਜਾਏ ਹੁਣ ਕੀ ਹੋਇਆ, 295 ਦਾ ਪਰਚਾ, ਤੇ 295 ਬਣਦੀ ਨੀ ਹੈਗੀ। ਚਲੋ ਬਣ ਗਈ, ਹੁਣ ਜੁਡੀਸ਼ਲੀ ਤੇ ਆ ਜਾਂਦਾ ਵਾ। ਉਹ ਜਾਂਦਿਆਂ ਮੈਨੂੰ ਪਤਾ ਲੱਗਾ ਕਿ ਮਾਨਯੋਗ ਸੈਸ਼ਨ ਕੋਰਟ ਦੇ ਵਿੱਚੋਂ ਵੀ ਨਿਰਾਸ਼ਾ ਪੱਲੇ ਪੈਂਦੀ ਆ। ਚਲੋ ਕੋਈ ਨੀ, ਅਗਲੇ ਆਪਸ਼ਨ ਖੁੱਲੀ ਆ ਵੀਰ ਕੋਲ, ਉਹ ਅੱਗੇ ਹਾਈ ਕੋਰਟ ਚਲੇ ਜਾਣਗੇ। ਪਰ ਗੱਲ ਇਹ ਆ ਵੀ ਅੱਜ ਹੁਣ ਮੈਂ ਗੱਲ ਕਰਾਂ ਸਿੱਖ ਸੰਗਤਾਂ ਦੀ ਜਾਂ ਸਰੋਤੇ ਜਨਾਂ ਦੀ, ਜਿਹੜੇ ਸਰੋਤੇ ਆ ਜਾਂ ਜਿਹੜੇ ਪੰਥਕ ਆਗੂ ਆ ਜਿਹਨਾਂ ਨੇ SGPC ਚੋਣਾਂ ਲੜਨ ਦਾ ਬੀੜਾ ਵੀ ਚੁੱਕਿਆ ਹੋਇਆ। ਕੱਲ ਇੱਕ ਐਪੀਸੋਡ ਪ੍ਰੀਤ ਸਿੰਘ ਸੈਣੀ ਹੁਣਾਂ ਦਾ ਸੁਣਿਆ ਸੀ, ਜਿਹਦੇ ਵਿੱਚ ਉਹ ਕਿਤੇ ਘਰ ਤੋਂ ਬਾਹਰ ਆਪਣੀ ਜਿਹੜੀ ਗੱਲ ਰੱਖ ਰਹੇ ਸੀਗੇ, ਆਪਣੇ ਸਟੂਡੀਓ ਤੋਂ ਬਾਹਰ ਸੀ ਕਿਤੇ ਮੈਦਾਨੀ ਏਰੀਏ ਚ। ਕਿੰਨੇ ਕ ਲੋਕ ਉਹਨਾਂ ਦੇ ਨਾਲ ਅੱਜ ਖੜੇ ਹੈਗੇ ਆ, ਕਿੰਨੇ ਕ ਲੋਕ ਉਹਨਾਂ ਦੇ ਨਾਲ ਆਏ ਹੈਗੇ ਆ, ਕੀ ਉਸ ਵੀਰ ਨੂੰ ਸੱਚ ਬੋਲਣ ਦਾ ਖਵਾਜਾ ਇਕੱਲਿਆਂ ਹੀ ਭੁਗਤਣਾ ਪਵੇਗਾ, ਕੀ ਧਾਰਮਿਕ ਤੌਰ ਦੇ ਉੱਤੇ ਉਹ ਇਕੱਲਾ ਹੀ ਜ਼ਿੰਮੇਵਾਰ ਹੈਗਾ ਪ੍ਰੀਤ ਸਿੰਘ ਸੈਣੀ, ਬਾਕੀ ਦੇ ਲੋਕ ਜਿਹੜੇ ਹੈਗੇ ਅਸੀਂ ਕੀ ਕਰ ਰਹੇ ਹਾਂ, ਇਹ ਸਾਡੇ ਲਈ ਇੱਕ ਸਵਾਲ ਆ। ਤੇ ਮੈਨੂੰ ਲੱਗਦਾ ਕਿ ਉਹ ਅੱਜ ਉਹਦੇ ਮੈਂ ਨੰਬਰਾਂ ਵਗੈਰਾ ਨੰਬਰਾਂ ਤੇ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਨੰਬਰ ਨਹੀਂ ਮਿਲ ਰਿਹਾ। ਪਰਿਵਾਰ ਨਾਲ ਥੋੜਾ ਰਾਬਤਾ ਹੋਇਆ ਸੀਗਾ ਤੇ ਪਰ ਉਹ ਕਨਫਿਊਜ਼ ਆ, ਸਹਿਮੇ ਹੋਏ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ, ਕਿਉਂਕਿ ਕਦੇ ਹੋਈ ਨਹੀਂ ਉਹਨਾਂ ਦੇ ਨਾਲ ਇਹੋ ਜਿਹੀ ਗੱਲ, ਉਹਨਾਂ ਨੇ ਕਦੇ ਦੇਖੀ ਨਹੀਂ ਹੈ। ਮੈਂ ਇਸ ਮਾਧਿਅਮ ਰਾਹੀਂ ਉਸ ਵੀਰ ਨੂੰ ਬੇਨਤੀ ਕਰਾਂ ਕਿ ਭਾਈ ਜਿੰਨੀ ਜੋਗੇ ਵੀ ਹੈਗੇ ਆ ਤੇਰੇ ਨਾਲ ਖੜਾਂਗੇ। ਤੇ SGPC ਨੂੰ ਮੈਂ ਦੱਸਣਾ ਚਾਹੁੰਦਾ, ਤੁਸੀਂ 307 ਦੇ ਪਰਚੇ ਵੀ ਕਰਵਾਏ ਸੀਗੇ, ਜ਼ਬਾਨ ਬੰਦ ਹੋਈ ਨਹੀਂ ਹੋਈ, ਅਸੀਂ ਨਾਲ ਹਾਂ ਪ੍ਰੀਤ ਸਿੰਘ ਸੈਣੀ ਦੇ। ਔਰ ਪ੍ਰੀਤ ਸਿੰਘ ਸੈਣੀ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਭਾਈ ਜੇ ਤੈਨੂੰ ਭਰਾਵਾਂ ਦੀ ਜ਼ਰੂਰਤ ਮਹਿਸੂਸ ਹੁੰਦੀ ਆ, ਇਕੱਲਾਪਣ ਮਹਿਸੂਸ ਹੁੰਦਾ, ਤੇ ਜਦੋਂ ਮਰਜ਼ੀ ਦਰਵਾਜ਼ੇ 24 ਘੰਟੇ ਖੁੱਲੇ ਆ। ਔਰ ਇਹੋ ਜਿਹੇ ਜਿਹੜੇ ਝੂਠੇ ਠੱਗ ਲੋਕ ਹੈ,
इन्हों की परवाह करने की लोड़ नहीं। असी कानून का राह अपना के हाई कोर्ट नूं वेखांगे। हाई कोर्ट तो उम्मीद हैगी, उम्मीद की पूरी आस ही हैगी कि साड़ी बेल जिहड़ी आ हो जाएगी, पर उन्ने दिनां वास्ते पुलिस तंग करदी हुंदी आ, घरां च गेड़े मारने, रिश्तेदारां च गेड़े मारने। उन्ने दिनां वास्ते जे वीर ठीक समझदा होवे, जे आवाज सुणदा होवे, ते इधर उधर भज्जण दी लोड़ नहीं, उहदे नाल पूरी सपोर्ट करांगे। सो मेरी संगतां नूं भी बेनती हैगी आ कि भाई कमेंटां दे थले वाह वाह ना लिखिया करो, चक दिओ, रख दिओ, धर दिओ कि अज सानूं साथ देण दी लोड़ नहीं है। पंथक जथेबंदियां नूं भी चाहीदा, ते जिहड़े वीर SGPC दीआं इलैक्शनां इह प्रीत सिंह सैणी दे एपीसोड नूं मुद्दा बणाउणगे, बहुत कुछ कढ के लिआउणगे SGPC दीआं इलैक्शनां वेले, पर अज सानूं जागण दी लोड़ आ। ते जिहड़ी SGPC दा प्रबंध आ, SGPC साडे बजुर्गां दी बड़ियां कुरबानियां तों बाद बजुर्गां ने होंद च लै के आंदी आ, पर उहदे उत्ते जिहड़े कुछ गलत लोक काबज हो गए आ, उह सोच लैण भी इह जिहड़ी अज चंग्याड़ी, अज हजे चंग्याड़ी आ, इहने भांबड़ बनना आ, इहने वड्या होणा आ। लोक बोलण लग पए आ, उह सबूतां नाल बोलदा आ प्रीत सिंह सैणी, ते सबूत भी अंदरों गए होए आ। इस करके हुण जिहड़ा तुहाडा झूठा नंगा हो रहा, नंगा कर रहा है, ते उहनूं अक्सैप्ट करो, आपदियां गलतियां नूं सुधारो, ना कि जिहड़ा बोल रहा उहदी जबान नूं परचे करा के बंद करोगे। पंजाबियां दा सुभाअ रबड़ दी गेंद वर्गा, जिन्ना थले मारोगे उन्ना उच्चा जाऊगा। सो प्रीत सिंह सैणी नूं कला ना ते दुश्मन समझे, ते ना प्रीत सिंह सैणी अपने आप नूं कला समझे, जिन्नी जोगे हैगे आ नाल खड़े होवांगे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।